ਆਏ ਦਿਨ ਗੋਲੀ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਇਸ ਤਰ੍ਹਾਂ ਦੀ ਹੀ ਘਟਨਾ ਜ਼ੀਰਾ ਸ਼ਹਿਰ ਦੇ ਸ਼ੇਰਾਂ ਵਾਲਾ ਚੌਂਕ ਵਿੱਚ ਦੇਖਣ ਨੂੰ ਮਿਲੀ, ਜਿਸ ਵਿੱਚ ਸਤਪਾਲ ਸਿੰਘ ਪੁੱਤਰ ਦਲਬੀਰ ਸਿੰਘ ਹਰੀਕੇ ਦੇ ਨਾਲ ਲੱਗਦੇ ਪਿੰਡ ਬੂਹ ਦਾ ਰਹਿਣ ਵਾਲਾ ਹੈ, ਜੋ ਕਿ ਕਿਸੇ ਕੰਮ ਲਈ ਜ਼ੀਰਾ ਸ਼ਹਿਰ ਵਿੱਚ ਆਇਆ ਸੀ। ਜਦ ਉਸ ਵੱਲੋਂ ਆਪਣੀ ਗੱਡੀ ਜ਼ੀਰਾ ਸ਼ਹਿਰ ਦੇ ਸ਼ੇਰਾਂ ਵਾਲਾ ਚੌਂਕ ਵਿੱਚ ਰੋਕੀ ਗਈ ਤਾਂ ਕੁਝ ਵਿਅਕਤੀਆਂ ਵੱਲੋਂ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਉਸ ਨੂੰ ਗੋਲੀ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ DSP ਨੇ ਦੱਸਿਆ ਕਿ ਸਤਪਾਲ ਸਿੰਘ ਨੂੰ ਗੋਲੀ ਲੱਗਣ ਕਾਰਨ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਪੁਲਿਸ ਵੱਲੋਂ CCTV ਵੀ ਖੰਗਾਲੇ ਜਾ ਰਹੇ ਨੇ, ਜੋ ਵੀ ਸਾਹਮਣੇ ਆਉਂਦਾ ਉਸਦੇ ਅਨੁਸਾਰ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ੀਰੇ ਦੇ ਵਿੱਚ ਉੱਥੇ ਗੋਲੀ ਚੱਲੀ ਗਈ, ਸਤਪਾਲ ਏਲੀਅਸ ਪਾਲ ਹੈ ਪੁੱਤਰ ਦਲਬੀਰ ਸਿੰਘ, ਇਹ ਉੱਥੇ ਇਹਨੂੰ ਗੋਲੀ ਲੱਗੀ ਗਈ ਅਤੇ ਇਹਨੂੰ ਹੋਸਪਿਟਲ ਜਿਹੜਾ ਸਿਵਲ ਹੋਸਪਿਟਲ ਉੱਥੇ ਐਡਮਿਟ ਕਰਾਇਆ ਸੀ ਅਤੇ ਉਹਨਾਂ ਨੇ ਇਹਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ। ਅਤੇ ਹੁਣ ਉਹਦੇ ਬਿਆਨ ਲਿਖਣ ਵਾਸਤੇ ਸਾਡੀ ਇੱਕ ਟੀਮ SHO ਜਿਹੜੀ ਸਿਟੀ ਜ਼ੀਰਾ ਉਹ ਗਏ ਨੇ, ਜਿਸ ਤਰ੍ਹਾਂ ਦੀ ਬਿਆਨ ਦੇਣਗੇ, ਜਿਹਦਾ ਨਾਮ ਲੈਣਗੇ ਜਾਂ ਜੋ ਹੋਏਗਾ ਉਹਨਾਂ ਦੇ ਉਹਦੇ ਸਿਲਸਿਲੇ ਕਾਰਵਾਈ ਕਰਾਂਗੇ। ਮੈਮ, ਥੋੜ੍ਹੀ ਦੇਰ ਪਹਿਲਾਂ ਹੋਸਪਿਟਲ ਦੇ ਵਿੱਚ ਇੱਕ ਪੇਸ਼ੈਂਟ ਆਇਆ ਸੀਗਾ, ਉਹਦੇ ਇੰਜਰੀ ਸੀ, ਕਿਸ ਚੀਜ਼ 'ਤੇ ਉਹਦੇ ਇੰਜਰੀ ਸੀ ਔਰ ਕਿਸ ਤਰ੍ਹਾਂ ਦੀ ਇੰਜਰੀ ਜਿਹੜੀ ਲੱਗਦੀ ਸੀ? ਉਹਦੇ ਪੇਟ 'ਤੇ ਖੱਬੀ ਤਰਫ ਇੰਜਰੀ ਸੀਗੀ ਅਤੇ ਇੰਜਰੀ ਇੱਦਾਂ ਲੱਗ ਰਹੀ ਸੀ ਜਿਵੇਂ ਉਹ ਗਨ ਸ਼ੋਟ ਦੀ ਇੰਜਰੀ ਹੁੰਦੀ ਹੈ। ਉਹਦੀ ਉਮਰ ਕਰੀਬ 24-25 ਸਾਲ ਦੇ ਕਰੀਬ ਸੀਗੀ, ਲੜਕੇ ਦੀ ਠੀਕ ਸੀ ਉਹਦੀ ਹਾਲਤ, ਫਿਰ ਵੀ ਅਮਨਦੀਪ ਹੋਸਪਿਟਲ ਲੈ ਕੇ ਗਏ ਟ੍ਰੀਟਮੈਂਟ ਲਈ, ਬਿਹਤਰ ਉਹਦਾ ਇਲਾਜ ਹੋ ਸਕੇ। ਨਾਮ ਕੀ ਸੀਗਾ? ਉਹਦਾ ਸਤਪਾਲ ਸਿੰਘ ਨਾਮ ਸੀ, ਉਹ ਸੀਗਾ ਖੂਹ ਹਵੇਲੀਆਂ ਤੋਂ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਗੁਰੂ ਮਹਾਕਾਲ ਜੀ ਤੋਂ ਕਿਰਪਾਓ ਹਰ ਸਮੱਸਿਆ ਦਾ ਸਮਾਧਾਨ, ਵਸ਼ੀਕਰਨ ਜਾਦੂ ਟੂਣਾ ਕੀਤਾ ਕਰਾਇਆ, ਪਤੀ ਪਤਨੀ ਚ ਅਣਬਣ, ਵਿਆਹ ਸ਼ਾਦੀ ਚ ਪਰੇਸ਼ਾਨੀ, ਲਵ ਮੈਰਿਜ ਲਈ ਮਾਤਾ ਪਿਤਾ ਨੂੰ ਮਨਾਉਣਾ, ਨੌਕਰੀ ਕਾਰੋਬਾਰੀ ਚ ਪਰੇਸ਼ਾਨੀ, ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਮੁੱਠ ਕਰਨੀ ਦੇ ਉਸਤਾਦ, ਕੋਰਟ ਕਚਹਿਰੀ ਦੇ ਚੱਕਰ, ਵਿਦੇਸ਼ ਯਾਤਰਾ ਵਿੱਚ ਰੁਕਾਵਟ ਅਤੇ ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਜ਼ਰੂਰ ਸੰਪਰਕ ਕਰੋ। ਗੁਰੂ ਮਹਾਕਾਲ ਜੀ ਸਮਰਾਲਾ ਚੌਂਕ ਲੁਧਿਆਣਾ, ਜਟਿਲ ਤੋਂ ਜਟਿਲ ਸਮੱਸਿਆਵਾਂ ਦਾ ਸਮਾਧਾਨ ਗਰੰਟੀ ਨਾਲ। 9878633304